ਮਾਨ ਸ਼ਬਾਸ ਰਾਣਾ, ਤੁਸੀਂ ਮੈਨੂੰ ਵੇਖ ਰਹੇ ਹੋ ਮੇਰੇ YouTube ਚੈਨਲ ਵੇਲੇ ਦੀ ਖੇਡ ਦੇ ਉੱਤੇ। ਤੇ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨ ਲੱਗਾ ਵਾਂ, ਮੇਰਾ ਕੋਈ ਖਿਆਲ ਆ ਕਿ ਕੋਈ ਐਸਾ ਬੰਦਾ ਨਹੀਂ ਹੈ ਜਿਹਦੇ ਨਾਲ ਇਹ ਮਸਲਾ ਨਹੀਂ ਹੋਏਗਾ, ਕਿਉਂਕਿ ਇਨਸਾਨ ਦੀ ਫਿਤਰਤ ਜਿਹੜੀ ਹੈ ਨਾ ਉਹ ਤਕਰੀਬਨ ਸਾਰਿਆਂ ਦੀ ਇੱਕ ਆ, ਇੱਕੋ ਜਗ੍ਹਾ ਦਾ ਇੱਕੋ ਜਿਹਾ ਸੌਫਟਵੇਅਰ ਆ ਸਾਰਿਆਂ ਦਾ। ਤੇ ਗੱਲ ਇਹ ਕਰਨ ਲੱਗਾ ਵਾਂ ਕਿ ਇਨਸਾਨ ਜਿਹੜਾ ਨਾ ਫਿਤਰੀ ਤੌਰ ਤੇ ਨਾ ਸ਼ੁਕਰਾ ਵਾ। ਤੁਸੀਂ ਅਸੀਂ ਕੋਈ ਵੀ ਬੰਦਾ ਵਾ ਉਹ ਅਸੀਂ ਦੂਸਰੇ ਆਪਣੇ ਤੋਂ ਉੱਚੇ ਵੱਲ ਵੇਖ ਕੇ ਪਰੇਸ਼ਾਨ ਹੋ ਜਾਈਦਾ ਕਿ ਉਹਦੇ ਕੋਲ ਫਲਾਂ ਚੀਜ਼ਾਂ ਮੇਰੇ ਕੋਲ ਹੈ ਨਹੀਂ, ਅਸੀਂ ਅੱਜ ਕਦੀ ਆਪਣੇ ਨੀਵੇਂ ਵੱਲ ਵੇਖਣਾ ਗਵਾਰਾ ਨਹੀਂ ਕੀਤਾ। ਤੁਸੀਂ ਅਗਰ ਗੌਰ ਕਰੋ ਦੇਖੋ ਤੇ ਤੁਸੀਂ ਅਗਰ ਦੁਨੀਆ 'ਚ 8 ਅਰਬ ਲੋਕ ਆ ਤੇ ਤੁਸੀਂ ਕਮ ਅਜ਼ ਕਮ 6 ਅਰਬ ਲੋਕਾਂ ਨਾਲੋਂ ਚੰਗੇ ਆ। ਬਹੁਤ ਸਾਰੇ ਲੋਕ ਆ, ਤੁਸੀਂ ਆਪਣੀ ਕੈਲਕੂਲੇਸ਼ਨ ਕੱਢ ਕੇ ਵੇਖ ਲਵੋ ਕਿ ਬਹੁਤ ਸਾਰੇ ਲੋਕ ਇਹਨਾਂ ਐਸੇ ਆ ਜਿਨ੍ਹਾਂ ਕੋਲ ਆਪਣੇ ਮਾਂ ਹੈ ਨਹੀਂ, ਕਿਸੇ ਕੋਲ ਆਪਣਾ ਬਾਪ ਹੈ ਨਹੀਂ, ਕਿਸੇ ਕੋਲ ਆਪਣਾ ਰੋਜ਼ਗਾਰ ਹੈ ਨਹੀਂ, ਕਿਸੇ ਕੋਲ ਆਪਣਾ ਘਰ ਹੈ ਨਹੀਂ, ਕਿਸੇ ਕੋਲ ਆਪਣੀ ਬੀਵੀ ਹੈ ਨਹੀਂ, ਕਿਸੇ ਕੋਲ ਆਪਣੇ ਬੱਚੇ ਔਲਾਦ ਨਹੀਂ ਅੱਲਾ ਨੇ ਦਿੱਤੀ, ਠੀਕ ਆ, ਕਿਸੇ ਕੋਲ ਆਪਣੀ ਦੌਲਤ ਹੈ ਨਹੀਂ ਗੀ, ਕਿਸੇ ਕੋਲ ਸਾਰਾ ਕੁਛ ਹੈ ਵਾ ਇੱਜ਼ਤ ਹੈ ਨਹੀਂ, ਕਿਸੇ ਕੋਲ ਸਾਰਾ ਕੁਛ ਹੈ ਸਿਹਤ ਹੈ ਨਹੀਂ, ਤੰਦਰੁਸਤੀ ਹੈ ਨਹੀਂ, ਉਹ ਸਾਰਾ ਮਹੱਲ ਭਾਈ ਫਿਰਦਾ, ਉਹਦੇ ਕੋਲ ਹਰ ਚੀਜ਼ ਅਵੇਲੇਬਲ ਆ, ਖਾ ਨਹੀਂ ਸਕਦਾ। ਤੇ ਸੱਜਣੋ ਮੈਂ ਇੱਕੋ ਹੀ ਗੱਲ ਕਹਾਂਗਾ, ਸ਼ੁਕਰ ਗੁਜ਼ਾਰੀ ਬੜੀ ਚੰਗੀ ਚੀਜ਼ ਆ। ਨਾ ਸ਼ੁਕਰੀ ਕਰਕੇ ਕੁਛ ਲੱਭਦਾ ਨਹੀਂ, ਹਸਦ ਤੁਹਾਡਾ ਜਿਹੜਾ ਕੁਛ ਹੁੰਦਾ ਉਹ ਵੀ ਸਾੜ ਦਿੰਦਾ, ਤੁਸੀਂ ਆਪਣਾ ਅੰਦਰ ਜਲਾਉਂਦੇ ਰਹਿੰਦੇ ਆਪਣੇ ਆਪ ਨੂੰ ਸਾੜਦੇ ਰਹਿੰਦੇ ਆ। ਤੇ ਮੈਂ ਇੱਕੋ ਹੀ ਪੈਗਾਮ ਦੇਣਾ ਚਾਹੁੰਦਾ ਇੱਕ ਅੱਛੀ ਜਿਹੀ ਮਿਸਾਲ ਦੇ ਨਾਲ ਕਿ ਹਰਕਲ ਬਾਦਸ਼ਾਹ ਸੀ ਨਾ, ਉਹਦੇ ਕੋਲ ਕੋਈ ਖਾਸ ਕਿਸਮ ਦੀ ਮਿੱਟੀ ਦੀ ਸਰਾਈ ਸੀਗੀ, ਉਹਦੇ 'ਚੋਂ ਪਾਣੀ ਪਾ ਕੇ ਪੀਂਦਾ ਸੀ, ਤੇ ਉਸ ਦੌਰ ਦੇ ਲੋਕ ਹਸਦ ਕਰਦੇ ਸੀ, ਖੁਆਇਸ਼ਾਂ ਕਰਦੇ ਸੀ ਕਿ ਇਦਾਂ ਦੀ ਸਰਾਈ ਸਾਡੇ ਕੋਲ ਹੋਵੇ, ਅਸੀਂ ਇਸ 'ਚੋਂ ਪਾਣੀ ਪੀਏ, ਅਸੀਂ ਮਜ਼ੇ ਕਰੀਏ, ਸਕੂਨ ਨਾਲ ਠੰਡਾ ਪਾਣੀ ਪੀਏ। ਤੇ ਅੱਜ ਕਿਹੜਾ ਐਸਾ ਬੰਦਾ ਵਾ ਜੇ ਕੋਲ ਫਰਿੱਜ ਦਾ ਪਾਣੀ ਵੇਲ ਨਹੀਂ ਜਾਂ ਠੰਡਾ ਪਾਣੀ, ਤੁਹਾਡੇ ਕੋਲ ਨਹੀਂ ਵੀ ਫਰਿੱਜ ਹੈ, ਤੁਹਾਨੂੰ ਕਿਤੋਂ ਠੰਡਾ ਪਾਣੀ ਲੱਭ ਜਾਂਦਾ? ਤੁਸੀਂ ਅੱਜ ਹਰਕੁਲ ਬਾਦਸ਼ਾਹ ਨੂੰ ਆਪਣੀ ਫਰਿੱਜ 'ਚੋਂ ਠੰਡਾ ਪਾਣੀ ਕੱਢ ਕੇ ਸਾਹਮਣੇ ਉਹਦੇ ਰੱਖ ਦਿਓ, ਉਹਨੂੰ ਪਿਲਾ ਦਿਓ, ਤੇ ਉਹ ਤਾਂ ਵੈਸੇ ਹੱਸਦਣਾ ਮਰ ਜਾਵੇ ਕਿ ਬਾਦਸ਼ਾਹ ਮੈਂ ਰਿਹਾ, ਮੈਂ ਤਾਂ ਕਿਹੜੇ ਜ਼ਮਾਨੇ 'ਚ ਆ ਕੇ ਬਾਦਸ਼ਾਹ ਹੀ ਕਰ ਗਿਆ, ਅੱਜ ਦੇ ਆਮ ਬੰਦਾ ਮੇਰੇ ਨਾਲੋਂ ਚੰਗੀ ਜ਼ਿੰਦਗੀ ਗੁਜ਼ਾਰਨ ਰਿਹਾ। ਕਰੂਨ ਦੇ ਖਜ਼ਾਨੇ ਜਿਨ੍ਹਾਂ ਦੀਆਂ ਚਾਬੀਆਂ 70-70 ਊਂਠਾਂ ਦੇ ਉੱਤੇ ਸਿਰਫ ਚਾਬੀਆਂ ਹੁੰਦੀਆਂ ਸੀਗੀਆਂ, ਠੀਕ ਆ, ਅੱਜ ਦੇ ਦੌਰ ਦਾ ਇੱਕ ਬੰਦਾ ਏਟੀਐਮ ਕੱਢਦਾ, ਏਟੀਐਮ ਕਾਰਡ 'ਚ ਦਿਖਾਵੇ ਉਹਨੂੰ ਕਿ ਆ ਵੇਖ ਇਹਦੇ 'ਚ ਤੇਰੇ ਖਜ਼ਾਨਿਆਂ ਨਾਲੋਂ ਜ਼ਿਆਦਾ ਪੈਸੇ ਆ, ਇਹਦੇ 'ਚ ਤੇਰੇ ਖਜ਼ਾਨਿਆਂ ਨਾਲ ਜ਼ਿਆਦਾ ਮਲਕੀਅਤ ਦੀਆਂ ਚੀਜ਼ਾਂ ਮੈਂ ਲੈ ਸਕਦਾ, ਤੇ ਉਹ ਵੀ ਇੱਕ ਵਾਰੀ ਦੁੱਖ ਦੇ ਨਾਲ ਦੁਬਾਰਾ ਮਰ ਜਾਵੇ। ਕਸਰਾ ਜਿਹੜੇ ਉਹਦੇ ਤਖਤ ਦੇ ਉੱਤੇ ਬੈਠਾ ਸੀ ਬੜਾ ਨਰਮ ਨਾਜ਼ੁਕ ਤਖਤ ਸੀ, ਅੱਜ ਦੇ ਸੋਫੇ ਦੇ ਉੱਤੇ ਕਸਰਾ ਨਾਲ ਲਿਆ ਕੇ ਬਿਠਾ ਦਿਓ, ਇੱਕ ਵਾਰੀ ਉਹ ਹਸਰਤ ਦੇ ਨਾਲ ਹਸਰਤ ਨਾਲ ਟੈਨਸ਼ਨ ਨਾਲ ਮਰ ਜਾਵੇ ਕਿ ਮੈਂ ਕਿਹੜੇ ਦੌਰ ਦੇ ਵਿੱਚ ਬਾਦਸ਼ਾਹੀ ਕਰ ਰਹੀ ਹਾਂ, ਠੀਕ ਆ, ਸ਼ੁਕਰਗੁਜ਼ਾਰੀ ਕਰੋ, ਸ਼ੁਕਰਗੁਜ਼ਾਰੀ। ਉਹ ਅਸੀਂ ਅੱਜ ਦੇ ਦੌਰ 'ਚ ਤਾਂ ਬਾਦਸ਼ਾਹਾਂ ਨਾਲੋਂ ਚੰਗੀਆਂ ਜ਼ਿੰਦਗੀਆਂ ਗੁਜ਼ਾਰ ਰਹੇ ਹਾਂ, ਅਸੀਂ ਸਿਰਫ ਆਪਣੇ ਧੋਤੇ ਨੂੰ ਵੇਖਦੇ, ਆਪਣੇ ਤੋਂ ਨੀਵੇਂ ਨੂੰ ਵੇਖਦੇ, ਜਿੱਥੇ ਤੁਹਾਨੂੰ ਰੱਬ ਨੇ ਰੱਖਿਆ ਵਾ ਉਹ ਬੜੀ ਸੋਹਣੀ ਜਗ੍ਹਾ ਵਾ, ਤੁਹਾਡੇ ਵਾਸਤੇ ਉਹ ਬਿਹਤਰੀਨ ਜਗ੍ਹਾ ਵਾ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਲੇਕਿਨ ਉਹ ਮਾਲਕ ਜਾਣਦਾ ਕਿ ਤੁਹਾਡੇ ਵਾਸਤੇ ਉਹ ਚੰਗੀ ਆ ਕਿ ਮਾੜੀ ਆ, ਕਈ ਚੀਜ਼ਾਂ ਤੁਹਾਡੇ ਕੋਲ ਨਹੀਂ ਹੈ, ਤੁਹਾਡੇ ਵਾਸਤੇ ਨਹੀਂ ਚੰਗੀਆਂ, ਕਿਸੇ ਹੋਰ ਕੋਲ ਉਹਦੇ ਵਿੱਚ ਚੰਗੀ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਤੇਰੇ ਕੋਲ ਆਵੇ ਤੇਰੇ ਵਾਸਤੇ ਚੰਗੀ ਹੋਵੇ। ਹਲਾਕੂ ਖਾਨ ਜਿਹਨਾਂ ਘੋੜਿਆਂ ਦੇ ਉੱਤੇ ਬੜਾ ਨਾਜ਼ ਕਰਦਾ ਸੀ ਨਾ, ਜਿਹਨਾਂ ਘੋੜਿਆਂ ਦੇ ਉੱਤੇ ਉਹ ਸੀੜ ਨਾਲ ਲੰਘ ਜਾਂਦਾ ਸੀ, ਤੇ ਲੋਕੀ ਹਲਾਕੂ ਖਾਨ ਦੇ ਘੋੜਿਆਂ 'ਚ ਵੇਖ ਕੇ ਦਹਿਸ਼ਤ ਤੇ ਖੌਫ ਖਾਂਦੇ ਸੀ ਕਿ ਨਾਮ ਸੀ ਹਲਾਕੂ ਖਾਨ ਦਾ, ਤੇ ਹਲਾਕੂ ਖਾਨ ਦੀ ਇੱਕ ਦਹਿਸ਼ਤ ਸੀ, ਇੱਕ ਘੋੜਿਆਂ ਦਾ ਉਹਦਾ ਮੁਕਾਮ ਸੀ, ਲੋਕ ਕਹਿੰਦੇ ਸੀ ਵੀ ਹਲਾਕੂ ਖਾਨ ਦੇ ਘੋੜੇ ਆ ਗਏ ਆ, ਤੇ ਅੱਜ ਤੁਸੀਂ ਆਪਣੀ ਕਾਰ ਆਪਣੇ ਮੋਟਰਸਾਈਕਲ ਦੇ ਉੱਤੇ ਬਹਿ ਕੇ ਹਲਾਕੂ ਖਾਨ ਦੇ ਸਾਹਮਣੇ ਫਰਾਟੇ ਬੰਦ ਦੇ ਲੰਘ ਜਾਓ ਨਾ, ਤੇ ਉਹ ਹਸਰਤ ਨਾ ਮਾਰ ਕੇ ਵੇ ਉਹਦਾ ਗੂਰ ਖਾਸ ਚ ਮਿਲ ਜਾਵੇ, ਉਹ ਕੀ ਉਹਦੇ ਦਿਲ 'ਚ ਬੀਤੂ ਕੀ ਗਿਆ, ਮੈਂ ਇੰਨੇ ਇੰਨੇ ਘੋੜੇ ਇੰਨੀ ਦੂਰੋਂ ਤੇ ਇੰਨੀ ਸਾਹ ਨਾਲ ਲੱਗਦਾ ਸੀਗਾ, ਤੇ ਅੱਜ ਇੱਕ ਮੋਟਰਸਾਈਕਲ 30 ਰੁਪਈਆਂ ਦਾ ਤੇਲ ਪਾਉਂਦਾ ਤੇ ਮੇਰੇ ਨਾਲੋਂ ਜ਼ਿਆਦਾ ਸਪੀਡ ਤੇ ਲੰਘ ਜਾਂਦਾ। ਕੈਸਰੇ ਰੂਮ ਨੂੰ ਅਗਰ ਦੱਸਿਆ ਜਾਵੇ ਕਿ ਜਿਹੜੇ ਲੋਕ ਤੈਨੂੰ ਮੋਰ ਦੇ ਪੰਖਾਂ ਨਾਲ ਝੱਲ ਮਾਰਦੇ ਸੀ ਨਾ, ਤੇ ਉਹਨਾਂ ਨਾਲੋਂ ਠੰਡੀ ਹਵਾ ਸਾਡਾ ਏਸੀ ਦਿੰਦਾ ਵਾ, ਤੇ ਉਹ ਵੀ ਸ਼ਾਇਦ ਆਪਣੀ ਬਾਦਸ਼ਾਹੀ ਦੇ ਉੱਤੇ ਨਾ ਸ਼ਰਮਸ਼ਾਰ ਹੋ ਜਾਵੇ ਕਿ ਯਾਰ ਮੈਂ ਕਿਹੜੇ ਦੌਰ 'ਚ ਬਾਦਸ਼ਾਹੀ ਕਰ ਰਿਹਾ, ਠੀਕ ਆ। ਸ਼ੁਕਰ ਕਰੋ ਅੱਲਾ ਦਾ, ਅੱਲਾ ਨੇ ਸਾਨੂੰ ਅੱਜ ਦੇ ਦੌਰ ਦੇ ਵਿੱਚ ਉਹ ਨੇਮਤਾਂ ਬਖਸ਼ ਦਿੱਤੀਆਂ ਜਿਹੜੀਆਂ ਬਾਦਸ਼ਾਹਾਂ ਨੂੰ ਨਹੀਂ ਸੀ ਹੈਗੀਆਂ। ਕਿਹੜਾ ਬੰਦਾ ਵਾ ਜਿਹੜਾ ਵੀਡੀਓ ਵੇਖ ਰਿਹਾ ਵਾ ਮੈਨੂੰ ਦੱਸੇ, ਉਹ ਆਪਣੀਆਂ 10 ਚੀਜ਼ਾਂ ਮੇਨ ਐਸੀਆਂ ਲਿਖੇ ਜਿਹੜੀਆਂ ਉਹਦੇ ਕੋਲ ਹੈ ਵਾ, ਤੇ ਬਾਅਦ ਦੇਖੇ ਕਿੰਨੇ ਲੋਕਾਂ ਕੋਲ ਉਹ ਚੀਜ਼ਾਂ ਨਹੀਂ ਹੈ, ਕਿ ਆਪਣਾ ਦੇਖੋ ਕਿਹਦੇ ਕੋਲ ਆਪਣਾ ਮਾਂ ਬਾਪ ਹੈਗਾ ਇਹਦੇ ਲਈ ਮੈਨੂੰ ਦੱਸੋ ਕਿਹੜੀ ਨੇਮਤ ਆ, ਜੇ ਕੋ ਨਹੀਂ ਹੈ ਉਹਨੂੰ ਪੁੱਛ ਕੇ ਵੇਖ ਲਾ, ਸਾਰੀ ਦੁਨੀਆ ਦੇ ਖਜ਼ਾਨੇ ਛੱਡ ਦੂਗਾ, ਕਹੂਗਾ ਮੇਰੇ ਮਾਂ ਬਾਪ ਮੈਨੂੰ ਮਿਲ ਜਾਣ ਤੇ ਮੈਂ ਇਹਨੂੰ ਹੋਰ ਕੋਈ ਸ਼ਾਇਦ ਚਾਹੀਦੀ। ਜਿਨ੍ਹਾਂ ਕੋਲ ਆਪਣੇ ਘਰ ਵਾ ਬੀਵੀ ਆ ਬੱਚੇ ਆ ਉਹਨਾਂ ਨੂੰ ਪੁੱਛ ਕੇ ਵੇਖ ਲਓ, ਐਸੇ ਲੱਖਾਂ ਕਰੋੜਾਂ ਲੋਕ ਆ ਜਿਹੜੇ ਬੇਘਰ ਆ, ਜਿਨ੍ਹਾਂ ਕੋਲ ਆਪਣੇ ਰਾਤ ਛੱਤ ਹੈ ਨਹੀਂ, ਤੇ ਤੁਸੀਂ ਅਗਰ ਆਪਣੇ ਘਰ ਦੇ ਵਿੱਚ ਚਿੱਟੀ ਮੰਜੇ ਤੇ ਵੀ ਸੌਂਦੇ ਹੋ ਤਾਂ ਤਾਂ ਵੀ ਤੁਹਾਡੇ ਤੇ ਸ਼ੁਕਰ ਵਾਜਬ ਆ। ਜਿਹਨਾਂ ਕੋਲ ਐਸੇ ਲੋਕ ਆ ਜਿਹੜੇ ਮੇਰੇ ਇੱਕ ਅਜ਼ੀਜ਼ ਡਾਕਟਰ, ਉਹ ਕਹਿੰਦੇ ਕਿ ਲੋਕ ਆ ਪੈਰ ਹੀ ਡਿੱਗਦੇ ਆ, ਕਿਤੇ ਗੱਡੀ ਬਾਜ਼ਾਰ ਉਹਦੀ ਚਾਬੀ ਤੁਹਾਡੇ ਪੈਰ ਤੇ ਰੱਖਦੇ ਆ, ਸਾਨੂੰ ਕਿਸ ਤਰ੍ਹਾਂ ਕੋਈ ਦਵਾਈ ਦਾਰੂ ਕਰ ਦਿਓ ਤੇ ਸਾਨੂੰ ਔਲਾਦ ਦੇ ਦੇ, ਜਿਹਨਾਂ ਕੋਲ ਔਲਾਦ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ। ਅਗਰ ਤੁਸੀਂ ਗਰੀਬ ਆ, ਤੁਹਾਡੇ ਕੋਲ ਕੁਛ ਨਹੀਂ, ਤੁਹਾਨੂੰ ਅੱਲਾ ਨੇ ਔਲਾਦ ਦੇ ਦਿੱਤੀ ਆ, ਤੇ ਮੈਂ ਕਹਿੰਦਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਤੁਹਾਡੇ ਤੇ ਫਿਰ ਵੀ ਸ਼ੁਕਰ ਵਾਜਬ ਆ। ਉਹ ਲੋਕ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਅਰਬਾਂ
अगर किसी को माल दौलत नहीं है तो वो भी देखे उन्होंने अल्लाह ने सेहत तंदुरुस्ती दे दी है। कितने लोगों को सेहत तंदुरुस्ती नहीं है, कितने लोगों को भैन भरा है, कितने लोगों को जमीन है। अगर तुम बढ़ते रोजगार है, घर है, लाल है, माँ है, बाप है, फिर भी तो शुक्रवार है। कितने ऐसे लोग हैं जिन्हों को कारोबार ही नहीं, रोजगार ही नहीं, जो कमा के खा सकन। तुहाडी जेब विच पैसे है तो तुम किसी को दे सकते, किसी की मदद कर सकते हैं। तो मैं यही पैगाम देना चाहता हाँ कि शुक्रगुजारी बड़ी चंगी चीज है। जिन्हें शुक्र अपना लिया उन्हें अल्लाह ने पा लिया, वो उस रास्ते तुर पाया जिथे कामयाबियां। तो जिन्हें शुक्री नाशुक्री की बेशक अल्लाह पाक करान पाक होता वा कि इंसान बड़ा ही नाशुक्र वा। ठीक है, इस करके शुक्रगुजारी करके कोई चीज की शुक्रगुजारी करनी शुरू कर दो। तो तुम वेखो अज तुहाडे हालात होर जिहड़ियां शैवां तुहाडे कोल नहीं है, मैं शुभारंभ करूं सिग्नल में एक रूम मेरे यूट्यूब चैनल पे मैंने खेड़े हैं। अगर तो आपको ये वीडियो चक्की लगी हो तो फुल लाइक करो, कमेंट सेक्शन में दस्तूर वीडियो का तो किसी चीज लगी है तो आधा पंजाबी भी है तो आधा अपना पंजाबी चैनल आता मेरे को और भी बहुत सारे चैनल हैं लेकिन ये चैनल मैं सिर्फ और सिर्फ अपने पंजाबी भरा वास्ते बनाना। तो पंजाबी मेरी माँ बोली या तो जितने भी पंजाबी हो मेरा भरा वास्ते मेरा सजना मेरा भीर है तो मेरे दिल की तो प्यार सलाम सत श्री अकाल खुश रहो जीते रहो।